ਹਾਂਜੀ, ਹੁਣ ਗੱਲ ਕਰਾਂਗੇ ਆਪਾਂ HTML ਐਲੀਮੈਂਟਸ ਅਤੇ ਐਟਰੀਬਿਊਟਸ ਦਾ, ਬੇਸਿਕਲੀ ਜਿਹੜੇ ਕੀ ਹੈ ਇੱਕ ਵੈਬ ਪੇਜ ਨੂੰ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ। ਕਹਿੰਦੇ ਜਦੋਂ ਤੁਸੀਂ ਕੋਈ ਡਾਕੂਮੈਂਟ ਬਣਾਉਂਦੇ ਹੋ ਤਾਂ ਹੈਡਿੰਗ, ਸਬ ਹੈਡਿੰਗ, ਟੇਬਲ ਆਦਿ ਬਣਾਉਂਦੇ ਆਪਾਂ ਬਣਾਉਂਦੇ ਹਾਂ ਤਾਂ ਕਿ ਡਾਕੂਮੈਂਟ ਨੂੰ ਵਿਸ਼ਾ ਵਸਤੂ ਦਿੱਤੀ ਜਾ ਸਕੇ, ਉਸਦੇ ਲਈ ਵਿੱਚ ਕੀ ਆਪਾਂ ਨੇ ਜਿਹੜੇ ਕੰਟੈਂਟਸ ਨੇ ਦੱਸੇ ਜਾ ਸਕਣ ਕਿ ਕਿਹੜੀ ਜਗ੍ਹਾ 'ਤੇ ਕਿੱਥੇ ਕਿਹੜੀ ਚੀਜ਼ ਹੈ। ਠੀਕ ਹੈ, ਜਾਂ ਉੱਪਰ ਚੈਪਟਰ ਨੇਮ ਲਿਖਦੇ ਹਾਂ ਆਪਾਂ, ਠੀਕ ਹੈ, ਨੀਚੇ ਪੇਜ ਨੰਬਰ ਲਿਖਦੇ ਹਾਂ, ਇਸ ਤਰ੍ਹਾਂ ਆਪਾਂ, ਜਾਂ ਕੋਈ ਟੇਬਲ ਜਿਵੇਂ ਇੱਕ ਮਿੰਟ ਇੱਕ ਇੰਟਰੋਡਕਸ਼ਨ, ਜਾਣ ਪਹਿਚਾਣ, ਇਸ ਤਰ੍ਹਾਂ ਦੇ ਆਪਾਂ ਹੈਡਿੰਗਸ ਵਿਸ਼ਾ ਵਸਤੂ ਬਣਾਈ ਕਰ। ਉਸੇ ਤਰ੍ਹਾਂ ਦੇ HTML ਦੇ ਵਿੱਚ ਵੀ ਵੈਬ ਪੇਜ ਵਿੱਚ ਵਿਸ਼ਾ ਵਸਤੂ ਬਣਾਉਣ ਦੇ ਲਈ ਸਾਨੂੰ ਟੈਗਸ ਦੇ ਐਲੀਮੈਂਟਸ ਦੀ ਕੀ ਹੈ ਜ਼ਰੂਰਤ ਪੈਂਦੀ ਹੈ। ਤਾਂ ਕਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ, ਦੇਖੋ ਤਾਂ ਐਲੀਮੈਂਟਸ ਕੀ ਨੇ, ਕਹਿੰਦੇ ਐਲੀਮੈਂਟਸ ਉਹ ਤੱਤ ਨੇ ਜੀ ਜੋ ਸ਼ੁਰੂਆਤੀ ਟੈਗ ਅਤੇ ਅੰਤਲੇ ਟੈਗ ਵਿੱਚ ਕੀ ਰੱਖੇ ਜਾਂਦੇ। ਟੈਗ ਟੈਕਸਟ ਹੋ ਸਕਦੇ ਨੇ, ਤਸਵੀਰਾਂ ਅਤੇ ਹੋਰ ਤਰ੍ਹਾਂ ਦੇ ਤੱਥਾਂ ਦੇ ਲਈ ਡੱਬੇ ਦਾ ਕੰਮ ਕਰਦੇ। ਟੈਗ ਸ਼ੁਰੂਆਤੀ ਟੈਗ ਨਾਲ ਸ਼ੁਰੂ ਹੁੰਦਾ ਜੀ, ਓਪਨਿੰਗ ਟੈਗ ਬੋਲਦੇ ਆਪਾਂ ਜੀ ਨੂੰ। ਠੀਕ ਹੈ, ਜਿਵੇਂ ਆ ਸੀ ਜੀ, ਇਹ ਆ ਕੀ ਆ ਓਪਨਿੰਗ, ਇਹ ਕੀ ਆਪਣਾ ਅੰਤਲਾ ਟੈਗ ਜਿਹਨੂੰ ਕਿ ਆਪਾਂ ਕਲੋਜ਼ਿੰਗ ਟੈਗ ਬੋਲਦੇ। ਠੀਕ ਹੈ ਜੀ, ਕੀ ਬੋਲਦੇ ਆ, ਓਪਨਿੰਗ ਟੈਗ ਅਤੇ ਕਲੋਜ਼ਿੰਗ ਟੈਗ। ਜਿਹੜਾ ਵਿੱਚ ਹੁੰਦਾ ਉਹਨੂੰ ਕੀ ਬੋਲਦੇ ਆਪਾਂ, ਕੰਟੈਂਟ, ਜਿਹੜਾ ਸਮੱਗਰੀ ਹੁੰਦੀ ਹੈ। ਜਿਵੇਂ ਇੱਥੇ ਆਪਣੀ ਕੀ ਸਮੱਗਰੀ ਕੀ ਹੈ, ਇਸ ਟੈਗ ਤੇ ਇਸ ਟੈਗ ਦੇ ਵਿੱਚ ਸਮੱਗਰੀ ਕੀ ਵਰਤਾ, ਹੈਲੋ ਲੈਵਲ 3 ਸਟੂਡੈਂਟਸ, ਇਹ ਸਮੱਗਰੀ ਹੈ, ਕੰਟੈਂਟ ਹੈ। ਤੇ ਐਂਗਲ ਬ੍ਰੈਕਸ ਨਾਲ ਆਪਾਂ ਇਹਨੂੰ ਕੀ ਹੈ ਪ੍ਰਭਾਵਿਤ ਕਰਦੇ, ਜਿਹੜੇ ਐਂਗਲ ਬ੍ਰੈਕਸ ਨੇ ਉਹ ਕੀ ਹੈ ਪ੍ਰਭਾਵਿਤ ਕਰਦੇ। ਟੈਗਸ ਦੀ ਵਰਤੋਂ ਨੂੰ ਇਸ ਤਰ੍ਹਾਂ ਡਾਕੂਮੈਂਟ ਵਿੱਚ ਕੀ ਆਪਾਂ ਦੇਖ ਕੇ, ਠੀਕ ਹੈ, ਸਮਝ ਸਕਦੇ ਹਾਂ ਕਿ ਇਹਨੂੰ ਆਪਾਂ ਉਸ ਤੋਂ ਬਾਅਦ ਕੀ ਕਰਦੇ ਹਾਂ, ਇੱਕ ਬਰਾਊਜ਼ਰ ਦੇ ਰਾਹੀਂ ਕੀ ਦੇਖ ਸਕਦੇ, ਮਤਲਬ ਇਹਦਾ ਨਤੀਜਾ ਕੀ ਆਪਾਂ ਉਸ ਵਿੱਚ ਕੀ ਉਹਨੂੰ ਓਪਨ ਕਰ ਸਕਦੇ, ਖੋਲ ਕੇ ਦੇਖ ਸਕਦੇ। ਜਿਵੇਂ ਤੁਹਾਨੂੰ ਆਪਾਂ ਨੇ ਆਪਾਂ ਦੇਖਿਆ ਸੀ ਕਿ ਜਿਹੜਾ ਉਸਦਾ ਜਿਹੜਾ ਨਤੀਜਾ ਹੈ, H1 ਟੈਗ ਸਭ ਤੋਂ ਹੈਡਿੰਗ ਜਿਹੜਾ ਟੈਗ 1 ਹੈ ਉਹ ਕੀ ਹੈ, ਸਭ ਤੋਂ ਬਿਗ ਸਾਈਜ਼। ਮੈਂ ਇਸ ਨੂੰ ਹੁਣ ਦੇਖੋ ਇਹ ਚੀਜ਼ ਹੈ ਕਾਪੀ ਕਰਕੇ ਦੁਬਾਰਾ ਮੈਂ ਪੇਸਟ ਕਰ ਰਿਹਾ, ਇੱਥੇ ਕੀ ਲਿਖੂੰਗਾ ਮੈਂ H6, ਸੇਵ ਕਰੂੰਗਾ, ਇਸ ਤੋਂ ਬਾਅਦ ਕਰੂੰਗਾ F5 ਨਾਲ ਸਿੱਧਾ ਡਾਇਰੈਕਟ ਰੀਫ੍ਰੈਸ਼ ਕਰੂੰਗਾ। ਤਾਂ ਦੇਖੋ ਸਭ ਤੋਂ ਛੋਟਾ ਸਾਈਜ਼ ਹੈ ਹੈਡਿੰਗ ਟੈਗ ਜਿਹੜਾ 6 ਹੈ। ਤਾਂ ਆਪਣਾ ਪਹਿਲਾ HTML ਕੋਡ ਲਿਖਣਾ, ਠੀਕ ਹੈ, HTML ਨੂੰ ਓਪਨ ਕਰਦੇ ਹਾਂ, ਉਸ ਤੋਂ ਆਪਾਂ ਹੈਡਿੰਗ ਟੈਗ ਯੂਜ ਕਰਦੇ ਹਾਂ, ਉਸ ਤੋਂ ਆਪਾਂ ਟਾਈਟਲ ਦੇਣਾ ਚਾਹੁੰਦੇ ਹਾਂ, ਟਾਈਟਲ ਦੇ ਸਕਦੇ ਆਪਣੇ ਪੇਜ ਨੂੰ। ਉਸ ਤੋਂ ਬਾਅਦ ਕੀ ਕਰਦੇ ਹਾਂ ਅਸੀਂ, ਬੋਡੀ ਏਰੀਆ ਦੇ ਵਿੱਚ ਜਾ ਕੇ ਬੋਡੀ ਬਾਰੇ ਜਿਹੜਾ ਤੁਸੀਂ ਜਿਹੜੀ ਚੀਜ਼ ਤੁਸੀਂ ਦਿਖਾਉਣੀ ਚਾਹੁੰਦੇ ਹੋ, ਯੂਜਰ ਇੰਟਰਫੇਸ ਦਿਖਾਉਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਟੇਬਲ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਹੈਡਰ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਫੁੱਟਰ ਸੈਕਸ਼ਨ ਹੋ ਜਾਂਦਾ ਹੈ, ਠੀਕ ਹੈ, ਕਿਸ ਤਰ੍ਹਾਂ ਜਿਹੜਾ ਮੈਨੂ ਸੈਕਸ਼ਨ ਹੋ ਜਾਂਦਾ, ਉਸ ਦੇ ਰਾਹੀਂ ਕੀ ਆ ਉਹਨੂੰ ਆਪਾਂ ਜਿਹੜਾ ਨੋਟਪੈਡ ਦੇ ਵਿੱਚ ਲਿਖ ਕੇ .html ਕਰਦੇ ਹਾਂ ਸੇਵ ਕਰ, ਉਸ ਤੋਂ ਉਹਨੂੰ ਆਪਾਂ ਰਾਈਟ ਕਲਿੱਕ ਕਰਕੇ ਕੀ ਕਰਦੇ ਹਾਂ ਵੈਬ ਬਰਾਊਜ਼ਰ ਦੀ ਮਦਦ ਨਾਲ ਉਹਨੂੰ ਦੇਖ ਸਕਦੇ, ਉਹਨੂੰ ਉਹਦਾ ਨਤੀਜਾ ਕੀ ਆਪਾਂ ਦੇਖ ਸਕਦੇ। ਤਾਂ ਜਿਹੜੇ ਵੈਬ ਪੇਜ ਦੀ ਜਾਣਕਾਰੀ ਕਿਹੜੇ ਟੈਗ ਦੇ ਰਹੇ ਆਪਾਂ ਦੇਖਦੇ ਹਾਂ, ਬੋਡੀ ਟੈਗ ਦੇ ਰਹੇ, ਠੀਕ ਹੈ ਜੀ। ਜੇ ਬੋਡੀ ਟੈਗ ਨਾਲ ਆਪਾਂ ਨਾ ਯੂਜ ਕਰੀਏ ਤਾਂ ਆਪਾਂ ਜਾਣਕਾਰੀ ਇਹ ਨਹੀਂ ਦੇਖ ਸਕਦੇ। ਕਹਿੰਦੇ ਡੋਗ ਟਾਈਪ ਇੱਕ ਐਲੀਮੈਂਟ ਹੈ ਜੋ ਕਿ HTML ਦੇ ਵਰਜਨ ਨੂੰ ਇੱਕ ਵੈਬ ਪੇਜ ਵਿੱਚ ਵਰਤਿਆ, ਉਸਦੇ ਆਪਾਂ ਵਰਤ ਦਿੰਦੇ ਕਿ ਹਾਂ ਜੀ ਇਸ HTML ਦਾ ਵਰਜਨ ਹੈ 4.0 ਹੈ ਜਾਂ 5.0 ਹੈ, ਕਿਸ ਤਰ੍ਹਾਂ ਜਿਹੜਾ HTML ਆਪਾਂ ਵਰਜਨ ਹੈ ਯੂਜ ਕਰ ਰਹੇ ਹਾਂ, ਉਸਦੇ ਅਕੋਰਡਿੰਗ ਕੀ ਹੈ ਆਪਾਂ ਉਸਦੇ ਨਿਯਮ ਨੂੰ ਸੈੱਟ ਕਰ ਸਕਦੇ, ਸੈੱਟ ਕਰਕੇ ਉਹਨੂੰ ਇੰਪਲੀਮੈਂਟ ਕਰ ਦਿਓ। ਜਿਵੇਂ ਮੈਂ ਦੇਖ ਵੀ ਲੈਣਾ, ਤੁਹਾਨੂੰ ਦਿਖਾ ਵੀ ਲੈਣਾ, ਮੰਨ ਲਓ ਇਸ ਦੇ ਵਿੱਚ ਮੈਂ ਰਾਈਟ ਕਲਿੱਕ ਕਰੂੰਗਾ ਵੀ ਪੇਜ ਸੋਰਸ, ਜੇ ਇੱਥੇ HTML ਦੇ ਵਿੱਚ ਸੋਰਸ ਡੋਗ ਟਾਈਪ ਦੀ, ਡੋਗ ਟਾਈਪ HTML, ਇਸ ਤੋਂ ਆਪਾਂ ਲਿਖਦੇ ਨੇ ਕਿਹੜੀ ਵਰਜਨ ਕਿੱਥੇ HTML, ਠੀਕ ਹੈ, ਮੈਟਾ ਡਾਟਾ ਲਿਖਦੇ ਨੇ ਆਪਾਂ, ਮੈਟਾ ਡਾਟਾ ਬਣਾਉਣਾ ਪੈਂਦਾ ਸਾਰਾ ਕੁਝ, ਠੀਕ ਹੈ, ਤਿਆਰ ਕਰਕੇ ਉਸ ਤੋਂ ਅੱਗੇ ਆਪਾਂ ਇਹਦੀ ਜਾਣਕਾਰੀ ਕੀ ਉੱਥੇ ਸ਼ੋ ਕਰਦੇ। ਹੈਡ ਐਲੀਮੈਂਟ ਡਾਕੂਮੈਂਟ ਦੇ ਹੈਡਰ ਸੈਕਸ਼ਨ ਹੁੰਦਾ ਹੈ ਅਤੇ ਵੈਬ ਪੇਜ ਬਾਰੇ ਜਾਣਕਾਰੀ ਨੂੰ ਸਮੋਜ ਰੱਖਦਾ, ਕਹਿੰਦੇ ਜੀ ਜਿਹੜਾ ਹੈਡ ਟੈਗ ਨਾਲ ਸ਼ੁਰੂ ਹੁੰਦਾ ਅਤੇ ਹੈਡ ਟੈਗ ਨਾਲ ਕੀ ਖਤਮ, ਠੀਕ ਹੈ, ਟਾਈਟਲ ਜਿਹੜਾ ਟਾਈਟਲ ਆਪਾਂ ਜੇ ਵੈਬ ਪੇਜ ਟਾਈਟਲ ਨੂੰ, ਠੀਕ ਹੈ, ਦਿਖਾਉਣਾ ਚਾਹੁੰਦੇ ਹਾਂ ਤਾਂ ਟਾਈਟਲ ਟੈਗ ਯੂਜ਼ ਕਰ ਸਕਦੇ ਹਾਂ। ਬੋਡੀ ਦੇ ਐਲੀਮੈਂਟ ਕੀ ਹੈ, ਉਸ ਸੈਕਸ਼ਨ ਦਿਖਾਉਂਦਾ ਜਿਹੜਾ ਬੋਡੀ ਕੰਟੈਂਟ ਨੂੰ ਸਮਾਇਆ ਰੱਖਦਾ, ਇਹਨਾਂ ਦੇ ਆਪਣੀ ਲੈਂਗੁਏਜ ਵਿੱਚ ਦੱਸਿਆ ਗਿਆ, ਠੀਕ ਹੈ, ਕਿ ਜਿਹਦੇ ਵਿੱਚ ਆਪਣੀ ਵੈਬ ਪੇਜ ਦੀ ਸਾਰੀ ਕੀ ਹੋਈ ਜਾਣਕਾਰੀ। ਉਸ ਤੋਂ ਜਿਹੜੇ ਆਪਣੇ ਟੈਗਸ ਯੂਜ਼ ਹੁੰਦੇ ਨੇ, ਠੀਕ ਹੈ, ਪੈਰਾਗ੍ਰਾਫ, ਇਮੇਜ ਟੈਗ, ਐਂਕਰ ਟੈਗ, ਜਿਹੜਾ ਮਰਜ਼ੀ ਤੁਸੀਂ ਟੈਗ ਯੂਜ਼ ਕਰੋ। ਜਿਵੇਂ ਆਪਾਂ ਇੱਥੇ ਟੈਗ ਯੂਜ਼ ਕਰਾਂਗੇ ਆਪਾਂ ਇੱਕ ਗੂਗਲ ਦੇ ਲਈ, ਮੈਂ ਐਂਕਰ ਟੈਗ ਯੂਜ਼ ਕਰ ਰਿਹਾ ਜੀ, ਇਹ
HTTPS कॉपी ऐसे करेंगे पास में क्या की लिखवा मैं गूगल नो में मैं आगे एच1 च दे रहे हैं ये फ्रेंड्स बंद करिए आप इस नो एच1 च दे सकते हैं कि ये साइज जेड़ा गूगल दा सुन नजर आवे बड़ा आवे ਇਹ ਸਾਈਜ਼ ਕੀ ਹੈ ਇਸ ਸਾਈਜ਼ ਦੇ ਬਰਾਬਰ ਹੈ ਜਦ ਮੈਂ ਇਸ ਤੇ ਕਲਿੱਕ ਕਰੂੰਗਾ ਤਾਂ ਗੂਗਲ ਦੇ ਸੀ ਚਲੇ ਜਾਓਗੇ ਦੇਖੀਏ ਕਿ ਹਾਈਪਰ ਲਿੰਕ ਲਾਇਆ ਹੈ ਠੀਕ ਹੈ ਇਹਦੀ ਮਦਦ ਨਾਲ ਜੀ ਐਂਕਰ ਟਾਈਪ ਦੀ ਮਦਦ ਠੀਕ ਹੈ ਇੱਥੇ H6 ਲਾ ਜੇ ਤਾਂ ਛੋਟਾ ਰਹਿ ਜੂ ਸਾਈਜ਼ ਹੈ H4 ਲਾਉਂਦੇ ਆਪਾਂ ਜਾਂ ਜੇ ਗੂਗਲ ਦਾ ਸਾਈਜ਼ ਹੈ ਟੈਕਟਰ ਸਾਈਜ਼ ਉਹਦਾ ਘਟਾਦਾ ਆਪਾਂ ਸਾਈਜ਼ ਬੈਕ ਕਰ ਰਿਹਾ ਮੈਂ ਇਹਨੂੰ ਇਸ ਟਾਈਮ F5 ਤਾਂ ਦੇਖੋ ਸਾਈਜ਼ ਕੀ ਹੋਸਾ उस तो ने जी इस चीज समझ एलीमेंट्स है ना उस तो गल करिए एट्रीब्यूट एट्रीब्यूट की करते हैं एलीमेंट के बारे वाधू जानकारी उपलब्ध करने के लिए वरते हैं जिमें अपने जो गूगल सी मैं अलाइन करना हो सेंटर दिखा हो राइट दिखा हो लैफ्ट दिखा हो जो आप यूज कर देंगे एट्रीब्यूट अलाइन ठीक है जो आप मार्जिन सेट करना है टॉप करना है बॉटम करना किस तरह करना ठीक है तो सारे जो एट्रीब्यूट्स ने अपना वो की है वाधू जानकारी दिखाते हैं कि दिखाते हैं एलीमेंट्स देखो जिस की हुआ अलाइन की एक एट्रीब्यूट है उसकी कीमत की सेंटर से करनी है लैफ्ट करनी है राइट करनी है ओके वैल्यू है ठीक है मान लो आए कोई अपने लवे कर लगे लाइन ठीक है ਤਾਂ ਸੈਂਟਰ ਕਰਤਾ ਆਪਾਂ ਜਿਹੜਾ ਹੈਡਿੰਗ ਸੀ ਉਹਨੂੰ ਕੀਤਾ ਇਹ ਸੈਂਟਰ ਕੀਤਾ ਕੀ ਸੀ ਹੈਡਿੰਗ ਦੇ ਵਿੱਚ ਆਪਣਾ ਗੂਗਲ ਸੀ ਕੀ ਸੀ ਜੀ ਗੂਗਲ ਜਿਹਨੂੰ ਮੈਂ ਲੈਫਟ ਕਰਦਾ ਜਾਂ ਰਾਈਟ ਕਰਦਾ ਰਾਈਟ ਕਰੂੰਗਾ ਮੈਂ ਰਾਈਟ ਨਾਲ ਸੇਵ ਕਰ ਰਿਹਾ ਲਾਈਨ ਤਾਂ ਦੇਖੋ ਆਥੇ ਆ ਗਈ ਇਹ ਆਪਾਂ ਕਿਉਂ ਇੱਥੇ H1 ਚ ਲਿਖਿਆ ਹੈ ਕਿਉਂਕਿ ਇਸੇ ਰਾਹੀਂ ਆਪਾਂ ਇਹ ਟੈਕਸਟ ਨੂੰ ਦਿਖਾ ਰਹੇ ਹਾਂ ਜੋ ਕਰ ਰਹੇ ਹਾਂ ਉਹ ਸਾਈਜ਼ ਦਿਖਾ ਰਿਹਾ ਹਾਂ ਇਹਦਾ ਕੱਲਾ ਐਂਕਰ ਟੈਗ ਹੈ ਲਿੰਕ ਵਾ ਤਾਂ ਇਸ ਦੇ ਨਾਲ ਕੀਤਾ ਭਾਈ ਅਲਾਈਨ ਤਾਂ ਸਾਰਾ ਕੀ ਬਣ ਗਈ ਪੀ ਕੀ ਨੇ ਐਲੀਮੈਂਟਸ ਨੇ ਅਲਾਈਨ ਕੀ ਐਟਰੀਬਿਊਟਾਂ ਦੀ ਵੈਲਿਊ ਵੀ ਦਿੱਤੀ ਆਪਾਂ ਨੇ ਰਾਈਟ ਵੀ ਦਿੱਤੀ ਸੈਂਟਰ ਵੀ ਦਿੱਤੀ ਠੀਕ ਹੈ ਬਾਕੀ ਸਾਰਾ ਹੈਡਿੰਗ ਇਨ ਡਾਕੂਮੈਂਟ ਕੀ ਕਰਨਾ ਹੈ ਠੀਕ ਹੈ ਤਾਂ ਬੋਡੀ ਦੇ ਵਿੱਚ ਮੰਨ ਲਓ ਸਭ ਤੋਂ ਪਹਿਲਾਂ ਕੀ ਚੀਜ਼ ਹੈ ਜੀ ਜਿਹੜਾ ਬੋਡੀ ਹੈ ਬੋਡੀ ਟੂ ਬੋਡੀ ਕੀ ਇੱਕ ਪੇਰੈਂਟ ਐਲੀਮੈਂਟ ਹੈ ਕੀ ਹੈ ਜੀ ਪੇਰੈਂਟ ਐਲੀਮੈਂਟ ਪੀ ਤੋਂ ਲੈ ਕੇ ਪੀ ਤੱਕ ਕੀ ਇੱਕ ਚਾਈਲਡ ਐਲੀਮੈਂਟ ਹੈ ਜਿਹੜਾ ਉਸ ਵਿੱਚ ਡਾਟਾ ਪਾਇਆ ਉਹ ਕੀ ਇੱਕ ਕੰਟੈਂਟ ਠੀਕ ਹੈ ਕੀ ਹੈ ਚ ਕੰਟੈਂਟ ਹੈ ਮੰਨ ਲਓ ਜਿਵੇਂ ਇੱਥੇ ਤੋਂ ਲੈ ਕੇ ਇੱਥੇ ਤੱਕ ਜਿਹੜਾ ਵੀ ਡਾਟਾ ਹੈ ਇਹ ਸਾਰਾ ਕੀ ਇੱਕ ਪੇਰੈਂਟ ਐਲੀਮੈਂਟ ਕਿਉਂਕਿ ਇੱਥੋਂ ਸਟਾਰਟ ਲੈ ਕੇ ਇੱਥੇ ਤੱਕ ਜਿਹੜਾ ਵੀ ਡਾਟਾ ਦੇ ਵਿੱਚ ਕੀ ਹੈ ਪੇਰੈਂਟ ਹੈ ਠੀਕ ਹੈ ਜੇ ਇਹਦੀ ਜਿਹੜਾ ਐਟਰੀਬਿਊਟ ਨੇ ਮੰਨ ਲਓ ਬੀਜੀ ਕਲਰ ਦੇਣਾ ਸੀ ਬੋਡੀ ਬੈਕਗ੍ਰਾਉਂਡ ਕਲਰ ਮੰਨ ਲਓ ਦਿਖਾ ਰਿਹਾ ਤੁਹਾਨੂੰ ਬੀਜੀ ਕਲਰ ਮੰਨ ਲਓ ਬਲੂ ਨਾ ਬਲੂ ਨੇ ਰੈੱਡ ਕਰ ਰਿਹਾ ਬੈਕਗ੍ਰਾਉਂਡ ਕਲਰ ਕੀ ਦੇ ਰਿਹਾ ਮੈਂ ਰੈੱਡ ਦੇ ਰਿਹਾ ਤਾਂ ਜਿਹੜਾ ਬੋਡੀ ਤੋਂ ਲੈ ਕੇ ਬੋਡੀ ਤੱਕ ਕੀ ਹੈ ਇੱਕ
पेरेंट एलीमेंट एच वन तो लैके अगे सब एलीमेंट हो गए ठीक है चाइल्ड एलीमेंट हो गए जिम्मे अपना कहने सब एलीमेंट्स कहते हैं चाइल्ड एलीमेंट्स जो उस जो डाटा हैलो लेवल थ्री स्टूडेंट्स ठीक है गूगल ये की अपने कंटेंट मैं सेव कर रहा दिखा रहे हैं भी आप कलर का चेंज किया तो देखो बीजी कलर में जी बॉडी की बैकग्राउंड होगी होगी जी रेड होगी जी रेड होगी ये की ने अपने चाइल्ड एलीमेंट्स जी कंटेंट है वो शो कर रहे हैं सारा की है एक बॉडी एलीमेंट का कंटेंट जी जानकारी है बॉडी टैग है जिम्मे जू टू लैके जू तक की डाटा इतने शो करूँ बिच बी तक बोल्ड अटैली करना आई यूज करा आप ठीक है जिम्मे इतने करके दिखाना मैं तुम मान लो इतने बी करना है हेडिंग टैग बोल्ड होना चाहिए गा बी दैट मीनस के बी टू बी क्यों बोल्ड करना चाहते आ चीज सारे बोल्ड करना चाहिए डाटा कंट्रोल एस एफ फाइव बोल्ड हो जूगा ठीक है अटैली करना है अटैली करना है आई देखो गूगल की थोड़ा जहा तिरछा हो गई ठीक है इतने नहीं पता लग रहा तो मैं उपरले टैग दिखा रहा है एच वन से एच वन कह रहा मैं आई कर रहा अटैली कर रहा ये क्यों लाया एच वन तो मूहे क्योंकि आप सारे एच वन कर रहे हैं अटैली कर रहे हैं देखो ये क्या अटैली दृश्य हो गया ठीक है तो एक कोडिंग है जी सोर्स कोड है ठीक है जो कि आप नोटपैड लिखते हैं जो टेक्स्ट डॉक्यूमेंट लिख के सेव करते हैं डॉट एचटीएमएल जिसने एक सिंपल एक वेब पेज एक फॉर्मेट डॉक्यूमेंट बना सकते राइट क्लिक करो व्यू पेज सोर्स कोड जाके उस सोर्स कोड तो अपने कोई आइडिया ले सकते अपने वेब पेज के लिए तो बाकी होर टेक्नोलॉजी जी सी एस एस ठीक है यूज कर अज आप एक बेसिक एच टी एम एल यूज करना सीखते थैंक यू।